ਉਹ ਜਦੋਂ ਕੱਖ ਪਾਉਣ ਗਿਆ ਉੱਥੋਂ ਜਾ ਕੇ ਕੂਕ ਰੌਲਾ ਪਾਉਣ ਲੱਗ ਗਿਆ। ਚਲੋ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਉੱਥੇ ਡੰਗਰ ਨੇ ਮਾਰਿਆ, ਕੋਈ ਨੌਕਰ ਆਪਣਾ ਵੀ ਦੇਖ ਕੇ। ਜਦੋਂ ਇਹ ਗਈ ਉੱਥੇ ਹੀ ਫੜ ਲਈ ਉਹਨਾਂ ਨੇ। ਫੜ ਕੇ ਅੰਦਰ ਲਏ, ਇੱਕ ਮੇਰੇ ਕੋਲ ਆ ਗਿਆ, ਮੇਰੇ ਪਿਸਟਲ ਰੱਖਿਆ ਕੁਰਪੜੇ 'ਤੇ ਮੱਥੇ ਦੇ ਵਿੱਚ, ਗਰਦਨ 'ਤੇ ਮੇਰੀ ਦੱਬਲੀ, ਅਤੇ ਮੇਰਾ ਜੋ ਇੱਥੇ ਕੈਸ਼ ਪਿਆ ਸੀ ਖਰਚੇ ਵਾਸਤੇ ਉਹ ਲੈ ਗਏ ਚੱਕ, ਅਤੇ ਇੱਕ ਮੇਰਾ ਪਰਸ ਸੀ ਉਹ ਲੈ ਗਏ ਚੱਕ ਕੇ, ਦੋਵੇਂ ਮੋਬਾਈਲ ਸੀ ਮੇਰੇ ਇੱਥੇ ਸਿਰਹਾਣੇ ਪਏ ਉਹ ਲੈ ਗਏ। ਘਰ 'ਚ ਪਈਆਂ ਅਲਮਾਰੀਆਂ ਦਾ ਖਿਲਰਿਆ ਸਮਾਨ ਘਰ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ 'ਤੇ ਡਰ ਸਾਫ਼ ਦਿਖਾਉਂਦਾ ਹੈ ਕਿ ਇਸ ਘਰ ਵਿੱਚ ਕੀ ਹੋਇਆ ਹੋਵੇਗਾ। ਨੱਬਾ ਬਲਾਕ ਦੇ ਪਿੰਡ ਚੱਠੇ ਵਿੱਚ ਤੜਕਸਰ ਚਾਰ ਲੁਟੇਰਿਆਂ ਵੱਲੋਂ ਗਨ ਪੁਆਇੰਟ 'ਤੇ ਘਰ ਦੇ ਮਾਲਕ, ਉਸਦੀ ਪਤਨੀ ਅਤੇ ਨੌਕਰ ਨੂੰ ਬੰਦਕ ਬਣਾ ਕੇ ਘਰ ਤੋਂ ਸੋਨਾ, 2 ਲੱਖ ਦੀ ਨਕਲੀ ਮੋਬਾਈਲ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਪਰਿਵਾਰ ਨੂੰ ਗਨ ਪੁਆਇੰਟ 'ਤੇ ਲੈਂਦੇ ਹੋਏ ਆਖ ਦਿੱਤਾ ਗਿਆ ਕਿ ਅਗਰ ਉਹਨਾਂ ਨੇ ਰੋਲਾ ਪਾਇਆ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਲੁਟੇਰਿਆਂ ਵੱਲੋਂ ਬੜੇ ਆਰਾਮ ਨਾਲ ਘਰ ਦੀਆਂ ਅਲਮਾਰੀਆਂ ਦੇ ਸਮਾਨ ਨੂੰ ਫਰਸ਼ 'ਤੇ ਖਿਲਾਰ ਕੇ ਤਸੱਲੀ ਨਾਲ ਲੁੱਟ ਕੀਤੀ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਵੱਲੋਂ ਵਾਰਦਾਤ ਦੇ ਦੌਰਾਨ ਆਪਣੇ ਚਿਹਰੇ ਪੂਰੀ ਤਰ੍ਹਾਂ ਟੱਕੇ ਹੋਏ ਸਨ। ਉਹ ਜਦੋਂ ਕੱਖ ਪਾਉਣ ਗਿਆ ਉੱਥੋਂ ਜਾ ਕੇ ਕੂਕ ਰੌਲਾ ਪਾਉਣ ਲੱਗ ਗਿਆ। ਚਲੋ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਉੱਥੇ ਡੰਗਰ ਨੇ ਮਾਰਿਆ, ਕੋਈ ਨੌਕਰ ਆਪਣਾ ਵੀ ਦੇਖ ਕੇ। ਜਦੋਂ ਇਹ ਗਈ ਉੱਥੇ ਹੀ ਫੜ ਲਈ ਉਹਨਾਂ ਨੇ, ਫੜ ਕੇ ਅੰਦਰ ਲਏ, ਇੱਕ ਮੇਰੇ ਕੋਲ ਆ ਗਿਆ, ਮੇਰੇ ਪਿਸਟਲ ਰੱਖਿਆ ਕੁਰਪੜੇ 'ਤੇ ਮੱਥੇ ਦੇ ਵਿੱਚ, ਗਰਦਨ 'ਤੇ ਮੇਰੀ ਦੱਬਲੀ, ਅਤੇ ਮੇਰਾ ਜੋ ਇੱਥੇ ਕੈਸ਼ ਪਿਆ ਸੀ ਖਰਚੇ ਵਾਸਤੇ ਉਹ ਲੈ ਗਏ ਚੱਕ, ਅਤੇ ਇੱਕ ਮੇਰਾ ਪਰਸ ਸੀ ਉਹ ਲੈ ਗਏ ਚੱਕ ਕੇ, ਦੋਵੇਂ ਮੋਬਾਈਲ ਸੀ ਮੇਰੇ ਇੱਥੇ ਸਿਰਹਾਣੇ ਪਏ ਉਹ ਲੈ ਗਏ। ਹੋਰ ਸਮਾਨ ਕਿੰਨਾ ਗਿਆ ਘਰੋਂ? ਹੋਰ ਸਮਾਨ ਕੋਈ ਛੱਡੇ ਹੀ ਨਹੀਂ ਜੀ। ਇੱਕਦਮ ਮੇਰੀ ਬੇਟੀ ਸੀ ਬਾਹਰ ਗਈ ਹੋਈ ਆ, ਉਹਦੀਆਂ ਟੁੰਮਾਂ ਸੀ ਸਾਡੇ ਕੋਲ ਇੱਥੇ ਹੀ ਸਮਾ ਕੇ ਗਈ ਸੀ, ਅਤੇ ਇੱਕ ਟੁੰਮਾਂ ਸਾਡੀ ਆਪਣੀਆਂ ਸੀ ਘਰੇਲੂ। ਆਈਡੀਆ ਹੋਊਗਾ ਜੀ 40 ਤੋਲੇ ਦਾ ਕਰੀਬ। ਕੈਸ਼ ਕਿੰਨਾ ਹੋਊਗਾ? ਕੈਸ਼ ਮੇਰਾ ਉੱਧਰ 1.5 ਲੱਖ ਰੁਪਇਆ ਦੀ ਅਲਮਾਰੀ 'ਚ। ਅੱਛਾ ਜੀ, ਘਰੇ ਕੌਣ ਕੌਣ ਸੀ ਜਿਸ ਟਾਈਮ ਆਏ ਆ? ਘਰੇ ਬਸ ਇਹੀ ਸੀ ਤਿੰਨੇ। ਅੱਛਾ ਜੀ, ਤੁਸੀਂ ਤੇ ਤੁਹਾਡੀ ਵਾਈਫ ਤੇ ਇੱਕ ਨੌਕਰ? ਸਵੇਰ ਦਾ ਵਾਕਿਆ ਸਵੇਰੇ? ਹਾਂ ਜੀ, 5:45 ਸੇਵਾ ਦਿਨ ਦਾ ਕਰਕੇ ਸਾਰਾ ਉਹ ਚਲੇ ਗਿਆ ਸੀ। ਕੋਈ ਪਛਾਣ ਆਈ ਆ, ਬੋਲਦੇ ਆ, ਕੋਈ ਇੱਦਾਂ ਦਾ? ਬੋਲਦੇ ਹੀ ਨਹੀਂ ਜੀ ਬਾਤ। ਅੱਛਾ ਜੀ, ਮੈਂ ਹਿੰਦੀ ਬੋਲਦਾ ਸੀਗਾ, ਜੇ ਕੋਈ ਬੋਲਿਆ ਮੈਂ ਗੋਲੀ ਮਾਰੂੰ। ਅੱਛਾ, ਹਿੰਦੀ 'ਚ ਗੱਲ ਕਰਦੇ? ਤੁਹਾਡੀ ਵਾਈਫ ਅਤੇ ਨੌਕਰ ਨੂੰ ਬੰਦਕ ਬਣਾ ਕੇ? ਉਹਨਾਂ ਨੂੰ ਬੰਦਕ ਬਣਾ ਤਾ ਜੀ ਉਹ ਕਮਰੇ 'ਚ। ਕੁੱਟਮਾਰ ਤਾਂ ਨਹੀਂ ਕੀਤੀ? ਕੁੱਟਮਾਰ ਵੀ ਕਰੀ ਆ ਜੀ। ਚਾਰਾਂ ਕੋਲੇ ਹਥਿਆਰ ਸੀ? ਚਾਰਾਂ ਕੋਲੇ ਵੇਪਣ ਸੀ ਜੀ। ਟੋਟਲ ਤੁਹਾਡਾ ਕਿੰਨਾ ਕੁ ਨੁਕਸਾਨ? ਆਈਡੀਆ ਹੋ ਗਿਆ ਹੋਊਗਾ ਜੀ 20 ਲੱਖ ਦੇ ਕਰੀਬ। ਦੇਖੋ ਜੀ, ਸ਼ੱਕ ਕਿਸੇ 'ਤੇ ਨਹੀਂ ਹੈਗੀ, ਆਪਣੇ ਨਾਲ ਕਿਸੇ ਦੀ ਆਪਾਂ ਮਾੜਾ ਕਰਦੇ ਨਹੀਂ, ਆਪਾਂ ਕਿਉਂ ਨਾ ਰੱਖੀਏ। ਅਤੇ ਹੁਣ ਕੀ ਮੰਗ ਕਰਦੇ ਹੋ? ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਜੀ। 4 ਬੰਦੇ 'ਤੇ ਜੀ, ਅਤੇ ਮੈਂ ਹੱਕ ਪਾਉਣ ਉੱਠਿਆ ਜੀ 5:30 ਵਜੇ, ਸਰਦਾਰ ਨੇ ਉਠਾਇਆ ਜੀ, ਅਤੇ ਹੱਕ ਪਾ ਮੈਂ ਪਹੁੰਚ ਪਾਏ ਨਹੀਂ, ਅਤੇ ਮੈਨੂੰ ਉਹ ਗਿਆ ਕੇ ਜਾ ਕੇ ਮੈਨੂੰ ਟਿੱਕ ਹੋਇਆ ਜੀ, ਮੈਨੂੰ ਉੱਥੇ ਬੈਠੇ ਲੱਭ ਲਿਆ, ਅਤੇ ਮੈਂ ਛਡਾਉਣਾ ਹੀ ਨਹੀਂ ਬੰਦ 'ਤੇ, ਚਾਹੇ ਮੇਰੇ ਕੁੱਕਾ ਕੁੱਕਾ ਨਿਕਲ ਰਵਾ ਪਿਆ ਜਾ ਮੇਰਾ ਅੰਦਰ। ਸਰਦਾਰ ਨੂੰ ਫੋਨ ਗਈਆਂ, ਸਰਦਾਰ ਨੇ ਭੈਣ ਭੇਜ ਦਿੱਤੀ ਆਪਣੇ ਘਰ ਦੇ, ਅਤੇ ਵੀ ਦੇਖ ਕੇ ਉਹਨੂੰ ਕੀ ਹੋ ਗਿਆ, ਪੱਖ ਨੂੰ ਤਾਂ ਡੰਗਰ ਨੂੰ ਮਾਰਿਆ, ਚਾਹੇ ਜਾਂਦੇ ਨੂੰ ਮੇਰੇ 4 ਜਾਂ ਚਮੜੇ ਹੋਏ ਤੇ ਬੰਨ ਰਹੇ ਤੇ, ਅਤੇ ਇਹਦੋਂ ਆ ਕੁੜੀ ਨੂੰ ਪਤਾ ਲੱਗ ਗਿਆ ਕਿ ਮੈਨੂੰ ਉੱਥੇ ਕਮਰੇ 'ਚ ਬੰਦ ਕਰਤਾ, ਭੈਣ ਨੇ ਉੱਥੇ ਢਾ ਕੇ ਇੱਕ ਜਾਣੇ ਨੇ ਉੱਤੇ ਗੁੱਡਾ ਧਰ ਕੇ ਬਹਿ ਗਿਆ, ਮੈਨੂੰ ਕਹਾਂ ਰੌਲਾ ਪਾਇਆ ਤਾਂ ਗੋਲੀ ਚਲਾ ਦੂੰਗਾ, ਜੇ ਚੱਪਾ ਕੇ ਬੈਠਾ ਰਿਹਾ ਇੱਥੇ। ਚਲ ਮੈਂ ਉੱਥੇ ਬੈਠਾ ਰਿਹਾ, ਉਹਨੇ ਆਪਣੀ ਤੰਨਿਆਂ ਨੇ ਇੱਕ ਜਾਣੇ ਸਾਡੇ ਸਾਡੇ ਦੋਵਾਂ 'ਤੇ ਰਾਖੀ ਖੜ ਗਿਆ, ਆਹਾ ਲੈ ਕੇ ਭੈਣ ਦੇ ਗੋਡੇ ਧਾ ਕੇ ਉੱਤੇ, ਅਤੇ ਮੈਂ ਸਾਹਮਣੇ ਬੈਠਾ ਸੀ, ਅਤੇ ਉਹਨਾਂ ਨੇ ਕੀ ਕਰਿਆ, ਬਾਕੀ ਨੇ ਆਪਣੀ ਕਾਰਵਾਈ ਕਰੀ ਆ, ਉਹ ਛੱਡਿਆ ਉਹ ਵੀ ਉਹਨਾਂ ਦੀ ਆ, ਅਤੇ ਉਹਨਾਂ ਲੋਕ ਲੋਕ ਤੋੜੇ ਉੱਥੇ ਮੈਂ ਬੈਠਾ ਸੀ ਬਿਮਾਰੀਆਂ ਦੇ। ਉੱਧਰ ਬਿਮਾਰੀ ਦੇ ਪੇਟੀ ਵਾਲੇ ਤੋਂ ਪਤਾ ਨਹੀਂ ਕੀ ਕੋਈ ਕਰਿਆ ਕੀ ਕੋਈ ਨਾ ਜੀ, ਉੱਧਰ ਮੈਂ ਗਿਆ ਨਹੀਂ, ਕੀ ਕੋਈ ਚੱਕ ਕੇ ਲੈ ਗਏ ਨੇ ਉੱਧਰੋਂ। ਮੈਨੂੰ ਸ਼ੋਅ ਵਿੱਚ ਭੈਣ ਲੱਗਦਾ ਜੀ, ਪਹਿਲਾਂ ਉੱਥੇ ਤੂੜੀ ਵਾਲੇ ਵਾਲੇ ਬੈਠੇ ਤੇ ਉਹ ਕਿਉਂ ਗੇਟ ਖੁੱਲ੍ਹਾ ਨਹੀਂ ਤੇ ਕੋਈ, ਅਤੇ ਮੈਂ ਹਾਲੇ ਜਾ ਕੇ ਬੈਠੇ ਇੱਕੇ ਲੱਕ ਤੋਂ ਉੱਧਰ ਦੀ ਗਏ ਨੇ ਉਹ ਗੇਟ ਬੜੇ ਨੇ, ਉਹ ਇੱਕੇ ਲੱਕ ਕਿਉਂ ਉੱਥੇ ਇੱਕ ਡੰਡਾ ਪਿਆ ਜੀ ਅੱਡਾ ਕਾ, ਤਾਂ ਦੇਖੇ ਪਤਾ ਲੱਗਿਆ ਕੋਈ ਪਤਾ ਨਹੀਂ, ਜਦ ਅਸੀਂ ਅੰਦਰ ਬੰਦ ਕਰਕੇ ਜੀ, ਸਾਨੂੰ ਤਾਂ ਪਿੰਡਾਂ ਜਾਣੇ ਆ ਕੇ ਕੱਢਿਆ ਵਾ। ਹਾਂਜੀ, 4 ਜਾਣੇ
ਮੈਂ ਤਿੰਨ ਕੋਲ ਦੇਖੇ ਨੇ ਇੱਕ ਕੋਲ ਨਹੀਂ ਦੇਖਿਆ ਮੈਂ ਨਹੀਂ ਝੂਠ ਬੋਲੀ ਗੋਲੀ ਚਲਾ ਰੌਲਾ ਪਹਿਲਾਂ ਚੁੱਪ ਕਰ ਦਿਆ ਹਰ ਕੋਈ ਚੁੱਪ ਕਰਨਾ ਪਿਆ ਡਰਦੇ ਨੇ ਉਧਰ ਕੱਟਣ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਪੂਰੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਘਟਨਾ ਦੇ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ ਵੀ ਚੱਠੇ ਪਿੰਡ ਵਾਰਦਾਤ ਹੋਈ ਹੈ ਬਲਵੰਤ ਸਿੰਘ ਦੇ ਘਰੇ ਲੁੱਟ ਹੋਈ ਹੈ ਉਹਦੇ ਸੰਬੰਧ ਸਾਰੇ ਅਫਸਰ ਪਹੁੰਚੇ ਨੇ SPD ਸਾਹਿਬ ਵੀ SHO ਸਦਰ ਇੰਚਾਰਜ CAE ਤਫਤੀਸ਼ ਕਰ ਰਹੇ ਹਾਂ ਅਸੀਂ ਸਾਰੇ ਐਂਗਲਾਂ ਨੂੰ ਲੈ ਕੇ ਜਲਦੀ ਟਰੇਸ ਹੋ ਜਾਊਗਾ ਕਿੰਨਾ ਸਮਾਨ ਸਰ ਗਿਆ ਹੁਣ ਤੱਕ ਇਹਨਾਂ ਦੇ ਦੱਸਣ ਮੁਤਾਬਕ ਹੈਗਾ 25-30 ਤੋਲੇ ਸੋਨਾ ਅਤੇ 2 ਲੱਖ ਰੁਪਇਆ ਕੈਸ਼ ਚਾਰ ਬੰਦੇ ਆਏ ਸੀਗੇ ਅਤੇ ਮੋਣੇ ਸੀਗੇ 25-30 ਸਾਲ ਦੀ ਉਮਰ ਦੱਸਦੇ ਮੂੰਹ ਟੱਗੇ ਹੋਏ ਸੀ ਇਹਨੇ ਬੰਨ੍ਹ ਕੇ ਘਰੋਂ ਲੁੱਟ ਕੇ ਲੈ ਗਏ ਵੈਪਨ ਵੀ ਦਿਖਾ ਕੇ ਗਏ ਨੇ ਆਈ ਕਿਸ ਤਰ੍ਹਾਂ ਸਰ ਇੱਥੇ ਕਿਵੇਂ ਪਹੁੰਚੇ ਕਿਸ ਤਰ੍ਹਾਂ ਕੋਈ ਗੱਡੀ 'ਚ ਆਏ ਜਾਂ ਕੋਈ ਇੱਦਾਂ ਸੀਸੀਟੀਵੀ ਉਹ ਹਜੇ ਦੇਖ ਰਹੇ ਹਾਂ ਫੁਟੇਜ ਵਗੈਰਾ ਲੈ ਰਹੇ ਹਾਂ ਫਿੰਗਰਪ੍ਰਿੰਟ ਟੀਮ ਵੀ ਆਈ ਹੈ ਸਾਡੀ ਸਾਰੇ ਐਂਗਲ ਤੋਂ ਲੈ ਕੇ ਅਸੀਂ ਤਫਤੀਸ਼ ਕਰ ਰਹੇ ਹਾਂ ਪਰਚਾ ਦਰਜ ਹਾਂਜੀ ਪਰਚਾ ਦਰਜ ਕਰਕੇ ਅਸੀਂ ਤਫਤੀਸ਼ ਕਰ ਰਹੇ ਹਾਂ